ਸ਼੍ਰੀਕਾਲ ਦੋਸਤੋ ਅੱਜ ਦਾ ਸਾਡਾ ਟੌਪਿਕ ਜਿਹੜਾ ਡਿਸਕਸ਼ਨ ਦਾ ਹੈ ਉਹ ਹੈ ਐਂਡੋਮੈਟ੍ਰੋਸਿਸ ਐਂਡੋਮੈਟ੍ਰੋਸਿਸ ਜਾਂ ਫਿਰ ਆਮ ਭਾਸ਼ਾ ਵਿੱਚ ਇਹਨੂੰ ਚੋਕਲੇਟ ਸਿਸਟ ਵੀ ਕਿਹਾ ਜਾਂਦਾ ਹੈ ਬਹੁਤ ਸਾਰੇ ਪੇਸ਼ੈਂਟ ਕਾਮਨਲੀ ਚੋਕਲੇਟ ਸਿਸਟ ਦੇ ਸਾਡੇ ਕੋਲ ਆਉਂਦੇ ਹਨ ਅਤੇ ਉਹ ਬਹੁਤ ਵਰਿਡ ਹੁੰਦੇ ਹਨ ਕਿ ਮੈਨੂੰ ਇਹ ਪ੍ਰੋਬਲਮ ਕਿਉਂ ਹੋ ਗਈ ਕਿਸ ਤਰ੍ਹਾਂ ਹੋ ਗਈ ਹੁਣ ਇਸ ਦਾ ਕੀ ਇਲਾਜ ਹੈ ਕਿ ਮੈਨੂੰ ਕਦੇ ਬੱਚੇ ਹੋ ਸਕਣਗੇ ਕਿ ਨਹੀਂ ਤਾਂ ਫਿਰ ਮੈਂ ਸੋਚਿਆ ਕਿ ਇਹਦੇ ਉੱਤੇ ਇੱਕ ਵੀਡੀਓ ਬਣਾਈ ਜਾਏ ਜਿਹਦੇ ਨਾਲ ਕਾਫੀ ਕਲੈਰਿਟੀ ਨਾਲ ਸਮਝ ਆਵੇ ਕਿ ਇਹ ਕੀ ਪ੍ਰੋਬਲਮ ਹੈ ਆਮ ਕਰਕੇ ਹਰ ਇੱਕ ਲੇਡੀ ਨੂੰ ਨੋਰਮਲ ਜਿਹੜੇ ਪੀਰੀਅਡਸ ਆਉਂਦੇ ਹਨ ਉਹ ਕਈ ਵਾਰੀ ਪਿੱਛੇ ਚਲੇ ਜਾਂਦੇ ਹਨ ਇਹ ਪੀਰੀਅਡਸ ਜਿਹੜੇ ਪਿੱਛੇ ਚਲੇ ਜਾਂਦੇ ਹਨ ਉਹ ਬੋਡੀ ਆਪਣੇ ਆਪ ਕਲੀਅਰ ਕਰ ਦਿੰਦੀ ਹੈ ਮਗਰ ਕੁਝ ਪੇਸ਼ੈਂਟਸ ਵਿੱਚ ਇਮਿਊਨਿਟੀ ਦੀ ਪ੍ਰੋਬਲਮ ਹੋਣ ਕਰਕੇ ਇਹ ਜਿਹੜੇ ਪਿੱਛੇ ਪੀਰੀਅਡਸ ਚਲੇ ਜਾਂਦੇ ਹਨ ਉਹ ਓਵਰੀ ਜਾਂ ਹੋਰ ਬੋਡੀ ਉਹਦੇ 'ਤੇ ਸੈਟਲ ਹੋ ਕੇ ਅਤੇ ਗਰੋ ਕਰਦੇ ਰਹਿੰਦੇ ਹਨ ਇਸ ਨਾਲ ਬਲੱਡ ਇਕੱਠਾ ਹੁੰਦਾ ਰਹਿੰਦਾ ਹੈ ਜਿਸ ਨੂੰ ਅਸੀਂ ਚੋਕਲੇਟ ਸਿਸਟ ਜਾਂ ਐਂਡੋਮੈਟ੍ਰੋਸਿਸ ਵੀ ਕਹਿੰਦੇ ਹਾਂ ਇਹ ਜਿਹੜੀ ਆਮ ਕਰਕੇ ਅਲਟਰਾਸਾਊਂਡ 'ਤੇ ਡਾਇਗਨੋਸ ਹੁੰਦੀ ਅਲਟਰਾਸਾਊਂਡ 'ਤੇ ਪਤਾ ਚੱਲਦਾ ਹੈ ਕਿ ਚੋਕਲੇਟ ਸਿਸਟ ਹੈ ਬਲੱਡ ਕਲੈਕਸ਼ਨ ਹੈ ਹੁਣ ਚੋਕਲੇਟ ਸਿਸਟ ਜਿਹੜੀ ਹੈਗੀ ਆ ਉਹਦੇ ਨਾਲ ਪੇਸ਼ੈਂਟ ਨੂੰ ਸਿਮਟਮਸ ਇਸ ਤਰ੍ਹਾਂ ਆਉਂਦੇ ਹਨ ਜਿਸ ਤਰ੍ਹਾਂ ਪੀਰੀਅਡਸ ਨਾਲ ਬਹੁਤ ਜ਼ਿਆਦਾ ਪੇਨ ਹੋਣਾ ਜਾਂ ਅਦਰਵਾਈਜ਼ ਪੇਟ ਵਿੱਚ ਬਹੁਤ ਦਰਦ ਰਹਿਣਾ ਔਰ ਇਹਦੇ ਨਾਲ ਜਦੋਂ ਅਲਟਰਾਸਾਊਂਡ ਕਰਾਇਆ ਜਾਂਦਾ ਹੈ ਤਾਂ ਪਤਾ ਚੱਲਦਾ ਹੈ ਕਿ ਚੋਕਲੇਟ ਸਿਸਟ ਹੈ ਜਿਹੜੀ ਵੀ ਲੇਡੀ ਮੈਰਿਡ ਹੈ ਜਿਹਦੇ ਚੋਕਲੇਟ ਸਿਸਟ ਹੈ ਉਹਦੇ ਵਿੱਚ ਪ੍ਰੈਗਨੈਂਸੀ ਹੋਣ ਦੀ ਪ੍ਰੋਬਲਮ ਹੋ ਸਕਦੀ ਹੈ ਕਿਉਂਕਿ ਚੋਕਲੇਟ ਸਿਸਟ ਦੇ ਹੋਣ ਨਾਲ ਸਾਰਾ ਸਰੀਰ ਜਿਹੜਾ ਉਹ ਅੰਦਰ ਦਾ ਜੁੜਿਆ ਹੁੰਦਾ ਹੈ ਤਾਂ ਟਿਊਬ ਕਿਤੇ ਹੋਰ ਪਈ ਹੁੰਦੀ ਹੈ ਓਵਰੀ ਕਿਤੇ ਹੋਰ ਪਈ ਹੁੰਦੀ ਹੈ ਬੱਚੇਦਾਨੀ ਕਿਤੇ ਹੋਰ ਪਈ ਹੁੰਦੀ ਹੈ ਇਹਦੇ ਨਾਲ ਜਿਹੜਾ ਹੈਗਾ ਫਰਟੀਲਾਈਜੇਸ਼ਨ ਨਹੀਂ ਹੋ ਪਾਉਂਦੀ ਪ੍ਰੋਪਰਲੀ ਜਿਹਦੇ ਨਾਲ ਇਨਫਰਟੀਲਿਟੀ ਦੀ ਅੱਗੇ ਪ੍ਰੋਬਲਮ ਆ ਜਾਂਦੀ ਹੈ ਹੁਣ ਜਦੋਂ ਵੀ ਇੱਕ ਫਰਟੀਲਿਟੀ ਫਿਜ਼ੀਸ਼ੀਅਨ ਕੋਲ ਕੋਈ ਵੀ ਪੇਸ਼ੈਂਟ ਚੋਕਲੇਟ ਸਿਸਟ ਦਾ ਆਉਂਦਾ ਤਾਂ ਉਹ ਪਹਿਲੇ ਆਪ ਸਕੈਨ ਕਰਕੇ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਕਿ ਇਹਦੇ ਵਿੱਚ ਕੀ ਹੋ ਸਕਦਾ ਹੁਣ ਜੇ ਤਾਂ ਓਵਰੀਜ਼ ਜਾਂ ਜਿਹੜੇ ਚੋਕਲੇਟ ਸਿਸਟ ਨੇ ਉਹਨਾਂ ਦੇ ਸਾਈਜ਼ ਬਹੁਤ ਵੱਡੇ ਹਨ ਅਤੇ ਪੇਸ਼ੈਂਟ ਸਿਮਟੋਮੈਟਿਕ ਹੈ ਤਾਂ ਸਭ ਤੋਂ ਪਹਿਲਾਂ ਜਿਹੜੀ ਅਸੀਂ ਗੱਲ ਕਹਿੰਦੇ ਹਾਂ ਉਹ ਇਹ ਕਹਿੰਦੇ ਹਾਂ ਕਿ ਇਹਦੀ ਸਰਜਰੀ ਹੋਣੀ ਚਾਹੀਦੀ ਹੈ ਹੁਣ ਸਰਜਰੀ ਜਿਹੜੀ ਹੈਗੀ ਹੈ ਉਹ ਇੱਕ ਵਧੀਆ ਐਕਸਪਰਟ ਸਰਜਨ ਤੋਂ ਹੀ ਹੋਣੀ ਚਾਹੀਦੀ ਹੈ ਅਸੀਂ ਬਹੁਤ ਵਾਰ ਪੇਸ਼ੈਂਟ ਆਉਂਦੇ ਉਹ ਕਹਿੰਦੇ ਕਿ ਹੁਣੇ ਹੀ ਮਹੀਨਾ ਪਹਿਲੇ ਸਰਜਰੀ ਹੋਈ ਹੈ ਹਲੇ ਪੂਰੀ ਸਿਸਟ ਨਿਕਲੀ ਨਹੀਂ ਓਪਨ ਸਰਜਰੀ ਨਹੀਂ ਹੁੰਦੀ ਇਸ ਵਿੱਚ ਲੈਪਰੋਸਕੋਪਿਕ ਸਰਜਰੀ ਹੁੰਦੀ ਹੈ ਅਤੇ ਬਹੁਤ ਵਧੀਆ ਐਂਡੋਕਲੀਅਰਿੰਗ ਕਰਨ ਦੀ ਲੋੜ ਹੈ ਪਰ ਬਹੁਤ ਵਧੀਆ ਐਂਡੋਕਲੀਅਰਿੰਗ ਤੋਂ ਨਾਲ ਇਹ ਵੀ ਜ਼ਰੂਰੀ ਹੈ ਕਿ ਜਿਹੜੀ ਨੋਰਮਲ ਓਵਰੀ ਹੈ ਉਹ ਬਚਾਈ ਜਾਏ ਉਹ ਨਾ ਹੋਵੇ ਕਿ ਨੋਰਮਲ ਓਵਰੀ ਵੀ ਨਾਲ ਹੀ ਕੱਟ ਦਿੱਤੀ ਜਾਵੇ ਉਹਦੇ ਨਾਲ ਬਾਅਦ 'ਚੋਂ ਪੇਸ਼ੈਂਟ ਨੂੰ ਕਈ ਵਾਰੀ ਪੀਰੀਅਡਸ ਆਉਣੇ ਬੰਦ ਹੋ ਜਾਂਦੇ ਜੇ ਬਹੁਤ ਅਗਰੈਸਿਵ ਸਰਜਰੀ ਕੀਤੀ ਜਾਵੇ ਹੁਣ ਜਿਹੜੀ ਚੋਕਲੇਟ ਸਿਸਟ ਹੈ ਉਹਨੂੰ ਜਿਹੜੀ ਹੈਗੀ ਸਾਡੇ ਕੋਲ ਜਿਹੜੇ ਬਹੁਤ ਕਾਮਨਲੀ ਕੁਐਸਚਨ ਪੁੱਛੇ ਜਾਂਦੇ ਕਿ ਸਰਜਰੀ ਕੰਪਲਸਰੀ ਹੈ ਸਰਜਰੀ ਕੰਪਲਸਰੀ ਤਾਂ ਹੀ ਹੈ ਜੇ ਪੇਸ਼ੈਂਟ ਨੂੰ ਬਹੁਤ ਪੇਨ ਹੈ ਜਾਂ ਫਿਰ ਸਿਸਟ ਬਹੁਤ ਵੱਡੀਆਂ ਨੇ ਜਾਂ ਫਿਰ ਜਿਹੜੀ ਨੋਰਮਲ ਓਵਰੀ ਹੈ ਉਹ ਸਿਸਟ ਦੇ ਪਿੱਛੇ ਪਈ ਹੈ ਮਤਲਬ ਐਗ ਨਿਕਾਲਣ ਦੇ ਟਾਈਮ 'ਤੇ ਪਹਿਲੇ ਸਿਸਟ ਨੂੰ ਪੰਚਰ ਕੀਤਾ ਜਾਏਗਾ ਅਤੇ ਫਿਰ ਐਗ ਨਿਕਾਲੇ ਜਾਣਗੇ ਉਸ ਤੋਂ ਬਾਅਦ ਕੀ ਹੈ ਕਿ ਕੀ ਟੈਸਟ ਟਿਊਬ ਬੇਬੀ ਕੰਪਲਸਰੀ ਹੈ ਕਿ ਹਰ ਪੇਸ਼ੈਂਟ ਜਿਹਦੇ ਵੀ ਐਂਡੋਮੈਟ੍ਰੋਸਿਸ ਹੈ ਉਹਨੂੰ ਟੈਸਟ ਟਿਊਬ ਬੇਬੀ ਦੀ ਹੀ ਲੋੜ ਪਏਗੀ ਇਹ ਕਹਿਣਾ ਥੋੜ੍ਹਾ ਡਿਫਿਕਲਟ ਹੈ ਪਰ ਅਸੀਂ ਜ਼ਰੂਰ ਯੰਗ ਪੇਸ਼ੈਂਟ ਨੂੰ ਓਪਰਚੁਨਿਟੀ ਦਿੰਦੇ ਹਾਂ ਸਰਜਰੀ ਤੋਂ ਬਾਅਦ ਵੀ ਕਿ ਉਹ ਕੁਝ ਟਾਈਮ ਜੇ ਬਾਕੀ ਉਹਨਾਂ ਦੀਆਂ ਟਿਊਬਸ ਸੀਮਨ ਐਨਾਲਿਸਿਸ ਸਾਰਾ ਕੁਝ ਨੋਰਮਲ ਹੋਵੇ ਕਿ ਉਹ ਕੁਝ ਟਾਈਮ ਨੈਚੁਰਲੀ ਟਰਾਈ ਕਰਨ ਪਰ ਇਹ ਸਮਝਣਾ ਜ਼ਰੂਰੀ ਹੈ ਕਿ IVF ਦੀ ਜੇ ਕਿਸੇ ਵੀ ਪੇਸ਼ੈਂਟ ਵਿੱਚ ਇੰਡੀਕੇਸ਼ਨ ਕਾਇੰਡ ਆਫ ਬਹੁਤ ਦਿਖਦਾ ਹੀ ਹੈ ਕਿ IVF ਹੋ ਹੀ ਜਾਣਾ ਹੈ ਉਹ ਪੇਸ਼ੈਂਟ ਐਂਡੋਮੈਟ੍ਰੋਸਿਸ ਦੇ ਹੀ ਹੈ ਕਿਉਂਕਿ ਇਹਨਾਂ ਵਿੱਚ ਅਡੀਜ਼ਨਸ ਦੀ ਪ੍ਰੋਬਲਮ ਹੈ ਟਿਊਬਾਂ ਆਪਣਾ ਕੰਮ ਪ੍ਰੋਪਰਲੀ ਕਰ ਨਹੀਂ ਪਾਉਂਦੀਆਂ ਹਾਲਾਂਕਿ ਖੁੱਲੀਆਂ ਹੁੰਦੀਆਂ ਪਰ ਆਪਣਾ ਕੰਮ ਪ੍ਰੋਪਰਲੀ ਕਰ ਨਹੀਂ ਪਾਉਂਦੀਆਂ ਇੱਕ AMH ਟੈਸਟ ਹੁੰਦਾ ਹੈ ਜਿਹੜਾ ਅਸੀਂ ਇਹ ਐਂਡੋਮੈਟ੍ਰੋਸਿਸ ਦੇ ਪੇਸ਼ੈਂਟਸ 'ਚ ਬਹੁਤ ਕਾਮਨਲੀ ਕਰਦੇ ਹਾਂ ਇਹ ਪਤਾ ਲਗਾਉਣ ਲਈ ਕਿਉਂਕਿ ਇਹ ਜਿਹੜੀ ਡਿਜ਼ੀਜ਼ ਹੈ ਇਹ ਇੱਕ ਕੈਂਸਰ ਦੀ ਤਰ੍ਹਾਂ ਹੈ ਇਹ ਬਿਨਾਈਨ ਤਰ੍ਹਾਂ ਦੀ ਡਿਜ਼ੀਜ਼ ਹੈ ਪਰ ਇੱਕ ਕੈਂਸਰ ਦੀ ਤਰ੍ਹਾਂ ਫੈਲਦੀ ਜਾਂਦੀ ਹੈ ਸਰਜਰੀ ਤੋਂ ਬਾਅਦ ਵੀ ਦੁਬਾਰਾ ਹੋਣ ਦਾ ਡਰ ਹੁੰਦਾ ਕਿਉਂਕਿ ਜਿਹੜਾ ਉਹਦਾ ਮੇਨ ਮੂਲ ਰੀਜ਼ਨ ਹੈ ਕਿ ਪੀਰੀਅਡਸ ਪਿੱਛੇ ਚਲੇ ਜਾਣਾ ਉਹ ਕਦੇ ਖਤਮ ਨਹੀਂ ਹੋ ਸਕਦਾ ਜਦ ਤੱਕ ਲੇਡੀ ਨੂੰ ਪੀਰੀਅਡਸ ਆ ਰਹੇ ਸੋ ਜੇ ਸਰਜਰੀ ਹੋ ਜਾਂਦੀ ਹੈ ਕੁਝ ਟਾਈਮ ਬਾਅਦ ਫਿਰ ਦੁਬਾਰਾ ਸਿਸਟ ਬਣ ਜਾਂਦੀਆਂ ਤਾਂ ਪੇਸ਼ੈਂਟਸ ਕਾਫੀ ਪਰੇਸ਼ਾਨ ਹੋ ਜਾਂਦੇ ਆ ਕਿ ਇੱਕ ਵਾਰ ਸਿਸਟ ਸੀਗੀਆਂ ਅਸੀਂ ਸਰਜਰੀ ਕਰਾਈ ਹੁਣ ਦੁਬਾਰਾ ਬਣ ਗਈ ਇਸੇ ਕਰਕੇ ਇੱਕ ਸਰਜਰੀ ਤੋਂ ਬਾਅਦ IVF ਜੇ ਛੇਤੀ ਕਰਨਾ ਪੈ ਜਾਏ ਤਾਂ ਉਹਦੇ ਵਿੱਚ ਕੋਈ ਇਨਹਿਬਿਸ਼ਨ ਨਹੀਂ ਹੋਣੀ ਚਾਹੀਦੀ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਕਿ ਹੁਣ ਅਸੀਂ ਪਹਿਲੇ ਟਰਾਈ ਕਰਾਂਗੇ ਸਾਲ ਦੋ ਸਾਲ ਨਿਕਾਲ ਦਾਂਗੇ ਫਿਰ ਉਸ ਤੋਂ ਬਾਅਦ ਦੁਬਾਰਾ ਸਿਸਟ ਬਣ ਜਾਣਗੀਆਂ ਫਿਰ ਕੋਈ ਫਾਇਦਾ ਨਹੀਂ ਹੋਏਗਾ ਤਾਂ AMH ਟੈਸਟ ਜਿਹੜਾ ਮੈਂ ਦੱਸ ਰਹੀ ਸੀ ਉਹ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਅਸੀਂ ਜਿਹੜਾ ਹੈ ਓਵਰੀ ਵਿੱਚ ਐਗ ਕਿੰਨੀ ਮਾਤਰਾ ਵਿੱਚ ਹਨ ਉਹ ਚੈੱਕ ਕਰ ਸਕੀਏ ਇਹ ਟੈਸਟ ਜਿਹੜਾ ਹੈਗਾ ਉਹਦਾ ਪੀਰੀਅਡ ਨਾਲ ਕੋਈ ਰਿਲੇਸ਼ਨ ਨਹੀਂ ਹੁੰਦਾ ਕਿਸੇ ਵੀ ਟਾਈਮ ਕਰਾ ਸਕਦੇ ਹਾਂ ਅਸੀਂ ਮੈਂਸਟਰਲ ਸਾਈਕਲ ਵਿੱਚ ਪਰ ਇਹ ਸਾਡੀ ਓਵਰੀ ਦਾ ਬੈਂਕ ਜਿਹੜਾ ਹੈਗਾ ਉਹਦੀ ਕਿੰਨੀ ਕੁਆਂਟਿਟੀ ਆਫ ਐਗਜ਼ ਹੈ ਉਹਦੇ ਬਾਰੇ ਦੱਸਦਾ ਇਹ ਸਰਜਰੀ ਤੋਂ ਪਹਿਲੇ ਹੋਣਾ ਜ਼ਰੂਰੀ ਹੈ ਤਾਂ ਕਿ ਸਾਨੂੰ ਇਹ ਪਤਾ ਲੱਗ ਸਕੇ ਕਿ ਸਰਜਰੀ ਤੋਂ ਬਾਅਦ ਹੁਣ AMH ਵੈਲਿਊ ਕਿੰਨੀ ਹੈ ਓਵਰੀਜ਼ ਵਿੱਚ ਐਗ ਕਿੰਨੇ ਬਚ ਗਏ ਹਨ ਜੇ ਇਸ ਤਰ੍ਹਾਂ ਹੋਵੇ ਕਿ ਸਰਜਰੀ ਬਹੁਤ ਜ਼ਿਆਦਾ ਕਰਨੀ ਪਈ ਕਾਫੀ ਸਾਰੀ ਓਵਰੀ ਦਾ ਨੋਰਮਲ ਓਵਰੀ ਦਾ ਪੋਰਸ਼ਨ ਨਿਕਲ ਗਿਆ ਅਤੇ AMH ਟੈਸਟ ਕਾਫੀ ਫਾਲ ਕਰ ਗਿਆ ਫਿਰ ਵੀ ਇਸ ਤਰ੍ਹਾਂ ਹੋਪ ਨਹੀਂ ਲੂਜ਼ ਕਰਨੀ ਚਾਹੀਦੀ ਕਈ ਵਾਰੀ ਜੇ ਆਪਣੇ ਐਗ ਘੱਟ ਹੋਣ ਜਾਂ
ਕਾਈਂਡ ਆਫ ਖਤਮ ਹੀ ਹੋ ਗਏ ਹੋਣ ਤਾਂ ਬਾਹਰੋਂ ਐਗ ਲੈ ਕੇ ਵੀ ਪ੍ਰੈਗਨੈਂਸੀ ਕੀਤੀ ਜਾ ਸਕਦੀ ਹੈ, ਪਰ ਉਹ ਜਿਹੜਾ ਡਾਕਟਰ ਹੀ ਡਿਸਾਈਡ ਕਰ ਸਕਦੇ ਹੈ ਕਿ ਪਹਿਲੇ ਕੁਆਂਟਿਟੀ ਕਿੰਨੀ ਸੀਗੀ, ਸਰਜਰੀ ਤੋਂ ਬਾਅਦ ਕਿੰਨੀ ਰਹਿ ਗਈ ਹੈ ਅਤੇ ਹੁਣ ਅੱਗੇ ਕੀ ਸਲਿਊਸ਼ਨ ਹੈ। ਇਹ ਸਰਜਰੀ ਦੀਆਂ ਆਮ ਕਰਕੇ ਕੋਈ ਖਾਸ ਕੰਪਲੀਕੇਸ਼ਨਸ ਨਹੀਂ ਹੁੰਦੀਆਂ, ਪਰ ਦਿਸ ਸਰਜਰੀ ਸ਼ੁੱਡ ਬੀ ਡਨ ਇਨ ਦੀ ਹੈਂਡਸ ਆਫ ਐਨ ਐਕਸਪਰਟ। ਕਹਿਣ ਦਾ ਭਾਵ ਹੈ ਕਿ ਕੋਈ ਐਕਸਪਰਟ ਜਿਹੜਾ ਐਂਡੋਸਕੋਪਿਕ ਸਰਜਨ ਹੈ ਉਹ ਹੀ ਇਹ ਸਰਜਰੀ ਕਰੇ, ਕੋਈ ਆਮ ਅਸੀਂ ਡਾਕਟਰ ਜਿਹੜਾ ਹੈਗਾ ਉਹਦੇ ਤੋਂ ਜੇ ਸਰਜਰੀ ਕਰਾਵਾਂਗੇ ਤਾਂ ਫਿਰ ਉਹ ਇਹ ਪੇਟ ਖੋਲ੍ਹ ਕੇ ਸਰਜਰੀ ਕਰ ਦਿੰਦੇ ਹਨ, ਜਿਹੜੀ ਪੇਸ਼ੈਂਟ ਲਈ ਬਾਅਦ 'ਚੋਂ ਫਿਊਚਰ ਜਿਹੜੀ ਉਹਨਾਂ ਦੀ ਫਰਟੀਲਿਟੀ ਹੈ ਉਹਦੇ ਲਈ ਵਧੀਆ ਨਹੀਂ ਹੈ। ਹੁਣ ਸਰਜਰੀ ਤੋਂ ਬਾਅਦ ਕੀ ਪ੍ਰੀਕੋਸ਼ਨਸ ਲੈਣੀਆਂ ਹਨ? 2 ਤੋਂ 3 ਮਹੀਨੇ ਲਈ ਕੁਛ ਇੰਜੈਕਸ਼ਨ ਦਿੱਤੇ ਜਾਂਦੇ ਹਨ ਜਿਨ੍ਹਾਂ ਨਾਲ ਪੀਰੀਅਡਸ ਬੰਦ ਹੋ ਜਾਣ, ਤਾਂ ਕਿ ਜਿਹੜਾ ਰੋ ਏਰੀਆ ਉਹਦੇ 'ਤੇ ਦੁਬਾਰਾ ਜਿਹੜੇ ਪੀਰੀਅਡਸ ਜਿਹੜੇ ਜਾ ਕੇ ਡਿਪੋਜ਼ਿਟ ਨਾ ਹੋਣ। ਸਬਸੀਕੁਐਂਟਲੀ ਜਿਹੜਾ ਛੇਤੀ ਤੋਂ ਛੇਤੀ ਪ੍ਰੈਗਨੈਂਸੀ ਹੋਣ ਦੀ ਉਹ ਕਰਨੀ ਚਾਹੀਦੀ ਹੈ ਕੋਸ਼ਿਸ਼। ਇਹਦਾ ਰੀਜ਼ਨ ਇਹ ਹੈ ਕਿ ਜਦੋਂ ਪ੍ਰੈਗਨੈਂਸੀ ਇੱਕ ਵਾਰ ਹੋ ਜਾਂਦੀ ਹੈ ਤਾਂ ਇਹ ਟ੍ਰੀਟਮੈਂਟ ਦਾ ਕਾਈਂਡ ਆਫ ਹੱਲ ਵੀ ਨਿਕਲ ਆਉਂਦਾ ਹੈ, ਕਿਉਂਕਿ 9 ਮਹੀਨੇ ਤੱਕ ਲੇਡੀ ਪ੍ਰੈਗਨੈਂਟ ਰਹਿੰਦੀ, ਉਹਨੂੰ ਪੀਰੀਅਡਸ ਨਹੀਂ ਆਉਂਦੇ, ਤਾਂ ਇਹ ਡਿਜ਼ੀਜ਼ ਜਿਹੜੀ ਹੈ ਉਹ ਡਿਲੇ ਹੋ ਜਾਂਦੀ ਹੈ ਜਾਂ ਸਲੋ ਹੋ ਜਾਂਦੀ ਹੈ, ਜਾਂ ਇਹਦਾ ਕਾਈਂਡ ਆਫ ਇੱਕ ਤਰ੍ਹਾਂ ਦਾ ਸੋਲਿਊਸ਼ਨ ਨਿਕਲ ਆਉਂਦਾ ਹੈ। ਹੁਣ ਇਸ ਦੇ ਵਿੱਚ IVF ਜਦੋਂ ਅਸੀਂ ਕਰ ਹੀ ਰਹੇ ਹਾਂ, ਮੰਨ ਲਓ ਸਰਜਰੀ ਹੋ ਗਈ ਉਸ ਤੋਂ ਬਾਅਦ ਅਸੀਂ IVF ਕਰ ਰਹੇ ਹਾਂ, ਤਾਂ ਐਂਡੋਮੈਟ੍ਰੋਸਿਸ ਦੇ ਹਰ ਪੇਸ਼ੈਂਟ ਨੂੰ ਇਹ ਸਮਝਣ ਦੀ ਲੋੜ ਹੈ, ਜਾਂ ਐਂਡੋਮੈਟ੍ਰੋਸਿਸ ਜਾਂ ਚੋਕਲੇਟ ਸਿਸ ਦੇ ਪੇਸ਼ੈਂਟ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਅੰਡਿਆਂ ਦੀ ਕੁਆਲਿਟੀ 'ਤੇ ਥੋੜ੍ਹਾ ਕੁਛ ਹੱਦ ਤੱਕ ਅਸਰ ਪਾਉਂਦੀ ਹੈ। ਐਂਡੋਮੈਟ੍ਰੋਸਿਸ ਨਾਲ ਜਿਹੜੀ ਅਸੀਂ ਐੱਗ ਕੁਆਲਿਟੀ ਦੇਖਦੇ ਹਾਂ ਉਹ ਥੋੜ੍ਹੀ ਜਿਹੀ ਘੱਟ ਹੁੰਦੀ ਹੈ, ਐਮਬਰੀਓ ਇੰਨੇ ਵਧੀਆ ਕਈ ਵਾਰੀ ਨਹੀਂ ਬਣਦੇ, ਪਰ ਇਸ ਤਰ੍ਹਾਂ 100% ਨਹੀਂ ਹੈ। ਜੇ ਪੇਸ਼ੈਂਟ ਯੰਗ ਹੈ ਤਾਂ ਕਈ ਵਾਰੀ ਵਧੀਆ ਐਮਬਰੀਓਜ਼ ਵੀ ਬਣਦੇ ਹੈ, ਪਰ ਅਸੀਂ ਪ੍ਰੋਗਨੋਸਟੀਕੇਟ ਕਰਨ ਲਈ ਜਾਂ ਪੇਸ਼ੈਂਟ ਨੂੰ ਐਕਸਪੈਕਟੇਸ਼ਨ ਦੱਸਣ ਲਈ ਜ਼ਰੂਰ ਦੱਸਦੇ ਹਾਂ ਕਿ ਐਂਡੋਮੈਟ੍ਰੋਸਿਸ ਤੋਂ ਬਾਅਦ ਕਈ ਵਾਰੀ ਐੱਗ ਕੁਆਲਿਟੀ ਜਿਹੜੀ ਹੈ ਥੋੜ੍ਹੀ ਜਿਹੀ ਘੱਟ ਮਿਲਦੀ ਹੈ, ਪਰ ਜੇ ਇੱਕ ਵਾਰ ਵਧੀਆ ਭਰੂਣ ਬਣ ਜਾਣ ਤਾਂ ਪ੍ਰੈਗਨੈਂਸੀ ਹੋਣ ਦਾ ਕਾਫੀ ਵਧੀਆ ਚਾਂਸ ਹੁੰਦਾ ਹੈ। ਕੀ ਸਰਜਰੀ ਕੰਪਲਸਰੀ ਹੈ? ਇਸ ਤਰ੍ਹਾਂ ਨਹੀਂ ਹੈ। ਜੇ ਨੋਰਮਲ ਓਵੇਰੀਅਨ ਟਿਸ਼ੂ ਜਿਹੜਾ ਹੈਗਾ ਉਹ ਸਿਸਟ ਦੇ ਅੱਗੇ ਪਿਆ ਹੋਇਆ, ਪੇਸ਼ੈਂਟ ਨੂੰ ਕੋਈ ਸਿਮਟਮਸ ਨਹੀਂ ਹੈ, ਤਾਂ ਕਈ ਵਾਰੀ ਅਸੀਂ ਸਰਜਰੀ ਨਹੀਂ ਵੀ ਕਰਦੇ, ਪਰ ਆਪ ਸਕੈਨ ਕਰਕੇ ਹੀ ਦੱਸ ਸਕਦੇ ਹਾਂ ਕਿ ਇਸ ਕੇਸ ਵਿੱਚ ਹੁਣ ਅੱਗੇ ਕੀ ਕਰਨਾ ਚਾਹੀਦਾ। ਫਾਈਨਲੀ ਜੇ ਡੋਨਰ ਐਗ ਕਰਾਉਣ ਦੀ ਲੋੜ ਵੀ ਪੈਂਦੀ ਹੈ ਤਾਂ ਇਹਦੇ ਵਿੱਚ ਕੋਈ ਇਨਹਿਬਿਸ਼ਨ ਨਹੀਂ ਹੋਣੀ ਚਾਹੀਦੀ ਕਿ ਅਸੀਂ ਬਾਹਰੋਂ ਐਗ, ਜਿੱਦਾਂ ਕੋਈ ਕਿਸੇ ਦੀ ਕਿਡਨੀ ਖਰਾਬ ਹੋ ਜਾਂਦੀ ਹੈ ਤਾਂ ਉਹ ਬਾਹਰੋਂ ਕਿਡਨੀ ਲੈਣ ਨੂੰ ਬਹੁਤ ਛੇਤੀ ਤਿਆਰ ਹੋ ਜਾਂਦਾ ਹੈ, ਜਾਂ ਜੇ ਸਾਡੇ ਬਲੱਡ ਦੀ ਕਮੀ ਹੁੰਦੀ ਹੈ ਅਸੀਂ ਬਲੱਡ ਜਿਹੜਾ ਹੈਗਾ ਉਹ ਕਿਸੇ ਤੋਂ ਵੀ ਲੈਣ ਨੂੰ ਤਿਆਰ ਹੋ ਜਾਂਦੇ ਹਾਂ। ਇਸੇ ਤਰ੍ਹਾਂ ਜੇ ਬੋਡੀ ਵਿੱਚ ਐਗ ਵਧੀਆ ਨਹੀਂ ਹੈ ਜਾਂ ਓਵਰੀਜ਼ ਕਾਫੀ ਹੱਦ ਤੱਕ ਖਰਾਬ ਹੋ ਗਈਆਂ, ਤਾਂ ਡੋਨਰ ਐਗ ਜੇ ਅਸੀਂ ਯੂਜ਼ ਕਰਦੇ ਹਾਂ ਜਾਂ ਜੇ ਡਾਕਟਰੀ ਸਲਾਹ ਦਿੱਤੀ ਜਾਂਦੀ ਹੈ ਤਾਂ ਉਹਦੇ ਵਿੱਚ ਕੋਈ ਬਹੁਤ ਜ਼ਿਆਦਾ ਇਨਹਿਬਿਸ਼ਨ ਨਹੀਂ ਹੋਣੀ ਚਾਹੀਦੀ। ਹਾਲਾਂਕਿ ਪੇਸ਼ੈਂਟ ਸੋਚਦੇ ਹੈ ਕਿ ਸਾਡਾ ਆਪਣਾ ਜੈਨੇਟਿਕਸ ਨਹੀਂ ਹੈ, ਪਰ ਬੱਚੇ ਨਾ ਹੋਣ ਤੋਂ ਤਾਂ ਵਧੀਆ ਹੀ ਹੈ ਕਿ ਕਿਸੇ ਵੀ ਹੋਰ ਤਰੀਕੇ ਨਾਲ ਜੇ ਬੱਚੇ ਹੋ ਸਕਦੇ ਹਨ ਤਾਂ ਟਰਾਈ ਕੀਤਾ ਜਾਣਾ ਚਾਹੀਦਾ ਹੈ। ਆਈ ਹੋਪ ਕਿ ਇਹ ਜਿਹੜੀ ਅਸੀਂ ਵੀਡੀਓ ਬਣਾਈ ਹੈ ਉਹਦੇ ਨਾਲ ਇੱਕ ਜਨਰਲ ਪਬਲਿਕ ਨੂੰ ਇੱਕ ਵਧੀਆ ਮੈਸੇਜ ਮਿਲਿਆ ਹੋਏਗਾ, ਅਤੇ ਜੇ ਤੁਸੀਂ ਫਿਊਚਰ ਵਿੱਚ ਇਹਦੇ ਬਾਰੇ ਕੁਛ ਵੀ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਨੀਚੇ ਫੋਨ ਨੰਬਰ ਦਿੱਤੇ ਹੋਏ ਹਨ, ਇਹਨਾਂ ਦੇ ਉੱਤੇ ਕੰਟੈਕਟ ਕਰ ਸਕਦੇ ਹੋ। ਪੇਸ਼ੈਂਟ ਆਪ ਵਿਜ਼ਿਟ ਕਰ ਸਕਦਾ ਤਾਂ ਅਸੀਂ ਬਹੁਤ ਵਧੀਆ ਸਲਿਊਸ਼ਨ ਦੱਸ ਸਕਦੇ ਹਾਂ, ਔਰ ਪ੍ਰੈਗਨੈਂਸੀ ਜਿਹੜੀ ਹੈਗੀ ਆ ਉਹ ਇੰਨੀ ਡਿਫੀਕਲਟ ਨਹੀਂ ਹੈ। ਜੇ ਕੋਈ ਵੀ ਬਿਮਾਰੀ ਹੋਵੇ ਜਿਹਦੇ ਵਿੱਚ ਇੱਦਾਂ ਲੱਗ ਰਿਹਾ ਹੋਵੇ ਕਿ ਨਹੀਂ ਇਹ ਨਹੀਂ ਹੋ ਸਕਦਾ, ਇੱਕ ਐਕਸਪਰਟ ਜਿਹੜਾ ਹੈਗਾ ਡਾਕਟਰ ਉਹ ਕੁਛ ਵੀ ਕਰ ਸਕਦਾ, ਕਿਸੇ ਵੀ ਟ੍ਰੀਟਮੈਂਟ ਨਾਲ ਪੇਸ਼ੈਂਟ ਨੂੰ ਪ੍ਰੈਗਨੈਂਟ ਕਰ ਸਕਦਾ ਹੈ। ਬਹੁਤ ਬਹੁਤ ਧੰਨਵਾਦ।